ਕੋਰੇ ਨੇ ਨੋ ਮਿਹਰਬਾਨੀ ਜੀ ਚਾਰ ਪੈਗੰਬਰ ਨੇ ਮਨਵਾਏ ਨੇ ਚਾਰ ਨੇ ਪੈਗੰਬਰ ਨੂੰ ਮਨਵਾਏ ਪੈਗੰਬਰ ਸਣੇ ਚਾਰ ਏਕ ਚਾਰ ਹੈ ਤੇ ਇੱਕ ਨਬੀ ਕਿੰਨੇ ਹੋ ਗਏ ਜੀ ਨੌ ਤੇ ਨੌ ਹੀ ਫਾਤਿਮਾ ਦਾ ਆਦਲ ਹੈ ਜਿਹੜਾ ਬੰਦਾ ਲਾਲਚ ਦੀ ਆਦਤ ਨਹੀਂ ਨਾ ਪਾਉਂਦੀ ਉਹ ਇਬਲੀਸ ਤੋਂ ਸ਼ੁਰੂ ਕਰੇ ਆ ਪਿੱਛਾ ਕਰ ਲੈ ਗਿਆ ਲਾਂਤੀ ਹੋ ਗਏ ਹੱਥ ਦੇ ਸਾਹਮਣੇ ਆ ਗਏ ਇਹ ਜਿੰਨੇ ਅੱਜ ਕੱਲ ਲਾਂਤੀ ਫਿਰਦੇ ਨਾ ਦੁਨੀਆਂ ਤੇ ਇਹ ਆਪਣਾ ਕਸੂਰ ਨਹੀਂ ਕੱਢਦੇ ਉਹਦੇ ਕੱਢਦੇ ਮੈਨੂੰ ਨੁਕਸਾਨ ਦਿੱਤਾ ਮੈਨੂੰ ਉਹਨੇ ਨੁਕਸਾਨ ਦਿੱਤਾ ਜਿੰਨੇ ਲਾਂਤੀ ਦੁਨੀਆਂ ਤੇ ਜੀ ਮਾਫ਼ ਕਰਨਾ ਮੈਂ ਇੰਨੀ ਵਾਰੀ ਕਦੇ ਆਖਿਆ ਨਹੀਂ ਪਰ ਮੈਂ ਕੀ ਕਰਾਂ ਇਹ ਬੰਦੇ ਭੈੜਾ ਕੰਮ ਕਰਨੀ ਤੇ ਲਾਂਤ ਆਉਂਦੀ ਹੈ ਅੱਛਾ ਜਿੰਨੇ ਭੈੜਿਆ ਕੰਮਾਂ ਦੀ ਵਜ੍ਹਾ ਤੋਂ ਹੁਣ ਲਾਂਤ ਆਉਂਦੀ ਹੈ ਉਦੋਂ ਭੈੜੇ ਕੰਮ ਹੀ ਕੋਈ ਨਹੀਂ ਸਨ ਉਹ ਲਾਂਤੀ ਹੈ ਕਿਸੇ ਮਜ਼ਦੂਰ ਨੂੰ ਕਿਸੇ ਦੀ ਧੀ ਭੈਣ ਨੂੰ ਗਲਤ ਨਜ਼ਰ ਨਾਲ ਦੇਖਣਾ ਲਾਂਤੀਆਂ ਦਾ ਕੰਮ ਬੋਲੋ ਯਾਰ ਮੈਂ ਤਾਂ ਮਜ਼ਹਬ ਦੀ ਗੱਲ ਤਾਂ ਨਹੀਂ ਕਰ ਰਿਹਾ ਕਿਸੇ ਦੀ ਧੀ ਭੈਣ ਨੂੰ ਗਲਤ ਨਜ਼ਰ ਨਾਲ ਦੇਖਣਾ ਲਾਂਤੀਆਂ ਦਾ ਕੰਮ ਬੰਦਾ ਲਾਂਤੀ ਹੋ ਜਾਂਦਾ ਕਿਸੇ ਦੀ ਧੀ ਭੈਣ ਨੂੰ ਗਲਤ ਨਜ਼ਰ ਨਾਲ ਬੰਦਾ ਵੇਖੇ ਤੇ ਜਦੋਂ ਇਹ ਲਾਂਤੀ ਹੋਇਆ ਉਦੋਂ ਧੀ ਭੈਣ ਹੀ ਕੋਈ ਨਹੀਂ ਹੋਈ ਉਦੋਂ ਮਸੂਰ ਹੀ ਕੋਈ ਨਹੀਂ ਅੱਛਾ ਜੇ ਕਿਸੇ ਨੂੰ ਲੁੱਟਣ ਦੀ ਵਜ੍ਹਾ ਤੋਂ ਬੰਦਾ ਲਾਂਤੀ ਹੁੰਦਾ ਉਦੋਂ ਲੁੱਟਣ ਲਈ ਸ਼ਾਇਦ ਕੋਈ ਨਹੀਂ ਜੇ ਜੇਬ ਕੱਟਣ ਨਾਲ ਬੰਦਾ ਲਾਂਤੀ ਹੁੰਦਾ ਉਦੋਂ ਜੇਬ ਹੀ ਕੋਈ ਨਹੀਂ ਜੇ ਗਾਣੇ ਸ਼ਾਣੇ ਸੁਣਨ ਨਾਲ ਬੰਦਾ ਲਾਂਤੀ ਹੁੰਦਾ ਉਦੋਂ ਗਾਣਾ ਵਜਾਣੇ ਕੋਈ ਨਹੀਂ ਉਹ ਮੈਂ ਉਹਨੂੰ ਬੁਰਾਈਆਂ ਗਿਣਨ ਲੱਗਾ ਤੇ ਕਿੱਦਾਂ ਕਿੰਨੀਆਂ ਕੁ ਗਿਣਾ ਆ ਫਿਰ ਬੰਦਿਆਂ ਨੂੰ ਦੱਸਣਾ ਪਏਗਾ ਕਿ ਕਾਇਨਾਤ ਦਾ ਪਹਿਲਾ ਲਾਂਤੀ ਕਿਹੜੀ ਗੱਲ ਤੋਂ ਲਾਂਤੀ ਸਰਦਾਰ ਸਾਹਿਬ ਮੇਰਾ ਦਾਅਵਾ ਹੈ ਸਾਰਾ ਹੱਕ ਸਮਝ ਚ ਆ ਜਾਏਗਾ ਪੂਰਾ ਹੱਕ ਸਮਝ ਚ ਆ ਜਾਏਗਾ ਬੰਦੇ ਦੱਸਣ ਚ ਕੀਤਾ ਕੀ ਮੌਲਾ ਤੁਹਾਨੂੰ ਜਜ਼ਾ ਦੇਵੇ ਹੁਸੈਨੀਅਤ ਵੀ ਸਮਝ ਚ ਆਏਗੀ ਯਜ਼ੀਦੀਅਤ ਵੀ ਸਮਝ ਚ ਆਏਗੀ ਪੂਰੀ ਸ਼ੀਅਤ ਪੂਰਾ ਦੀਨ ਐਂ ਖੁੱਲ ਕੇ ਸਾਹਮਣੇ ਆ ਜਾਏਗਾ ਆਪਣੀ ਇਮਾਨਦਾਰੀ ਨਾਲ ਜੁਮੇ ਵਾਲੇ ਦਿਨ ਮੌਲਵੀ ਮਸੀਦੇ ਖਲੋ ਕੇ ਦੱਸ ਦੇ ਤੇ ਸ਼ੈਤਾਨ ਤੇ ਲਾਲਚ ਕਿਉਂ ਆਈ ਮੈਂ ਦੱਸਣ ਲੱਗਾ ਜੀ ਅਗਰ ਕੋਈ ਹੋਰ ਗੱਲ ਕਿਸੇ ਆਲਮ ਕੋਲ ਤੁਹਾਨੂੰ ਮਿਲੇ ਮੇਰੇ ਇਹਦੇ ਵਿੱਚ ਇਜ਼ਾਫਾ ਜ਼ਰੂਰ ਕਰਨਾ ਜੀ ਮੈਂ ਤੁਹਾਡੇ ਹੱਥ ਪੈ ਜੋੜਨਾ ਕੁਰਾਨ ਰੱਖ ਕੇ ਅੱਗੋਂ ਮੈਂ ਤੁਹਾਡਾ ਨਾਂ ਲੈ ਕੇ ਨਾ ਅਟਕ ਦੇ ਜ਼ਿਲ੍ਹੇ ਦਾ ਤੇ ਮੈਂ ਆਖਾਂਗਾ ਕਿ ਅਟਕ ਤੋਂ ਮੈਨੂੰ ਇੱਕ ਹੋਰ ਵੀ ਗੱਲ ਮਿਲੀ ਹੈ ਤੇ ਮੈਂ ਪੂਰੇ ਜ਼ਮਾਨੇ ਤੱਕ ਧੁਆਈ ਫੇਰ ਦਿਆਂਗਾ ਮੇਰੇ ਨਜ਼ਦੀਕ ਇਹਦਾ ਇੱਕ ਹੀ ਕਸੂਰ ਹੈ ਇੱਕ ਹੀ ਲਾਂਤੀਆਂ ਦਾ ਕੰਮ ਹੈ ਇੱਕ ਹੀ ਇਹਦਾ ਫੇਲ ਹੈ ਇੱਕ ਹੀ ਇਹਦਾ ਅਮਰ ਹੈ ਜਿਹਦੀ ਬੁਨਿਆਦ ਤੇ ਲਾਂਤੀ ਹੋਇਆ ਸਭ ਤੋਂ ਪਹਿਲਾਂ ਅੱਗੋਂ ਇਹਨੇ ਬੰਦਿਆਂ ਕੋਲੋਂ ਬੜੇ ਬੜੇ ਭੈੜੇ ਕੰਮ ਲੈ ਰਹੇ ਆਪਣੀ ਬੁਰਾਈ ਜਿਸ ਬੁਨਿਆਦ ਤੇ ਅਪੁਆਇੰਟਮੈਂਟ ਹੋਈ ਹੈ ਲਾਂਤੀ ਦੀ ਲਾਂਤ ਅਪੁਆਇੰਟਮੈਂਟ ਸਭ ਤੋਂ ਪਹਿਲਾਂ ਇਹਦੀ ਹੋਈ ਹੈ ਇਹ ਅਲ ਅਫਸਰ ਹੋ ਗਿਆ ਲਾਂਤੀਆਂ ਦਾ ਇਹਦੇ ਵਿੱਚ ਜਿਹੜਾ ਐਬ ਸੀ ਨਾ ਇਹ ਤੁਹਾਨੂੰ ਮੰਨਣਾ ਪੈਗਾ ਕਿ ਬਲਾ ਉਸ ਤੋਂ ਬਾਅਦ ਲੋਕਾਂ ਕੋਲ ਚੋਰੀ ਕਰਾਈ ਹੈ
ਇਹਦਾ ਮਤਲਬ ਇਹਦੇ ਵਿੱਚ ਚੋਰੀ ਤੋਂ ਵੱਡਾ ਹੈ ਵੀ ਇਸ ਤੋਂ ਬਾਅਦ ਮੈਂ ਬੰਦੇ ਨੂੰ ਸ਼ਰਾਬ ਤੇ ਆਈ ਹੈ ਇਹਦਾ ਮਤਲਬ ਦੇ ਵਿੱਚ ਜਿਹੜਾ ਆਇਆ ਵੀ ਉਹ ਸ਼ਰਾਬ ਉਹਦੇ ਕੋਈ ਨਹੀਂ ਸੀ ਲੇਕਿਨ ਸ਼ਰਾਬ ਤੋਂ ਵੱਡਾ ਆਇਆ ਵੀ ਇਸ ਲੋਕਾਂ ਕੋਲੋਂ ਧੀਆਂ ਭੈਣਾਂ ਨੂੰ ਅਗਰ ਕੱਖ ਨਾਲ ਵਿਖਾਇਆ ਉਦੋਂ ਧੀ ਭੈਣ ਕੋਈ ਨਹੀਂ ਸੀ ਇਹਦੇ ਵਿੱਚ ਉਦੋਂ ਵੱਡਾ ਆਇਆ ਵੀ ਇਹਦਾ ਮਤਲਬ ਦੁਨੀਆ ਦੀ ਹਰ ਬੁਰਾਈ ਤੋਂ ਬੜੀ ਬੁਰਾਈ ਇਸ ਇਬਲੀਸ ਦੇ ਵਿੱਚ ਤੇ ਕੁਰਾਨ ਤੇ ਮੇਰਾ ਹੱਥ ਹੈ ਇੱਕੋ ਹੀ ਮੈਨੂੰ ਗੱਲ ਲੱਭੀ ਹੈ ਇਸ ਹੱਕ ਨਾਲ ਬਹਿਸ ਕੀਤੀ ਜਜ਼ਾਏ ਖੈਰ ਅਤਾ ਫਰਮਾਏ ਅੱਲਾ ਹੱਕ ਬੋਲੋ ਯਾਰ ਹੱਕ ਅੱਲਾ ਆਖੇ ਆਦਮ ਨੂੰ ਸਜਦਾ ਕਰੋ ਮਲਾਇਕਾ ਨੇ ਹੱਕ ਤੋਂ ਤਸਲੀਮ ਕੀਆ ਇਸ ਮਰਦੂਦ ਨੇ ਹੱਕ ਸੇ ਬਹਿਸ ਕੀ ਇਹ ਅੱਲਾ ਨੂੰ ਕਹਿਣ ਲੱਗੇ ਖਲੋ ਜਾਓ ਜੀ ਸਜਦਾ ਮੈਂ ਨਹੀਂ ਕਰਨਾ ਅੱਲਾ ਆਖੇ ਕਿਉਂ ਖੜਕਦਾ ਨੀ ਮੈਂ ਨਾਰ ਖੜਕਦਾ ਹੂੰ ਮੰਤੀ ਤੁਸਾਂ ਮੈਨੂੰ ਅੱਗ ਨਾਲ ਬਣਾਇਆ ਇਹਨੂੰ ਮਿੱਟੀ ਨਾਲ ਬਣਾਇਆ ਮਿੱਟੀ ਚ ਰੋਸ਼ਨੀ ਕੋਈ ਨੀ ਅੱਗ ਰੋਸ਼ਨ ਹੁੰਦੀ ਹੈ ਅੱਗ ਬੁਲੰਦੀ ਨੂੰ ਜਾਂਦੀ ਹੈ ਮਿੱਟੀ ਬਸਤੀ ਨੂੰ ਜਾਂਦੀ ਹੈ ਤੁਸੀਂ ਅੱਲਾ ਨੂੰ ਅੱਧ ਨਾਲ ਕੇ ਸੁਕਾ ਰਹੇ ਹੋ ਮੈਂ ਪਹਿਲੇ ਜੰਮਿਆ ਇਹ ਬਾਅਦ ਵਿੱਚ ਜੰਮਿਆ ਇਹ ਕੱਲ੍ਹ ਪੇ ਬਣਦਾ ਮੈਂ ਬੜੀ ਦੇਰ ਦਾ ਪਹਿਲੇ ਹਾਂ ਇਸ ਇਬਾਦਤ ਸ਼ੁਰੂ ਨਹੀਂ ਕੀਤੀ ਮੈਂ ਬੜੀ ਦੇਰ ਦਾ ਆਪ ਇਹਦਾ ਅੱਲਾ ਫਰਮਾਇਆ ਲਾਹਨਤ ਦੀ ਕਿਉਂ ਪਰ ਮੈਂ ਹੱਥ ਨਾਲ ਵੀ ਬਹਿਸ ਕਰੀ ਦੀ ਅੱਲਾ ਤੁਹਾਨੂੰ ਜਜ਼ਾਏ ਖੈਰ ਦੇਵੇ ਮੇਰੇ ਸਾਰੇ ਬੰਦੇ ਰਲੋ ਜੀ ਜੋ ਹੱਕ ਸੇ ਬਹਿਸ ਕਰੇ ਵਹੀ ਲਾਲਤੀ ਹੈ ਜੋ ਹੱਕ ਸੇ ਬਹਿਸ ਕਰੇ ਵਹੀ ਬਾਦਲ ਹੈ ਜਿਹੜੇ ਰਸੂਲ ਹੱਕ ਚਾਰ ਘਰੋਂ ਲੈ ਕੇ ਆਏ ਨੇ ਪਿੱਛੇ ਅਲੀ ਸਨ ਅੱਗੇ ਹੁਸੈਨ ਸਨ ਇੱਥੇ ਮੁਹੰਮਦ ਸਨ ਨਾਲ ਹਸਨ ਸਨ ਇਹ ਹਰ ਹੱਕ ਦੇ ਮਰਕਜ਼ ਚ ਬਤੂਰ ਖੜੀ ਹੈ ਜੇ ਤੈਨੂੰ ਯਕੀਨ ਹੈ ਕਿ ਪੰਜ ਹੱਕ ਨੇ ਜਿਹੜਾ ਰਸੂਲ ਸੇ ਬਹਿਸ ਕਰੇ ਹੋ ਵੀ ਬਾਤ ਹੈ ਜੋ ਅਲੀ ਸੇ ਬਹਿਸ ਕਰੋ ਹੋ ਵੀ ਬਾਤ ਹੈ ਜੋ ਹਸਨੈਨ ਸੇ ਬਹਿਸ ਕਰੇ ਹੋ ਵੀ ਬਾਤ ਹੈ ਸਾਰੀ ਸ਼ੀਅਤ ਇਹ ਹੈ ਕਿ ਜੋ ਬਤੂਰ ਸੇ ਬਹਿਸ ਕਰੇ ਹੋ ਵੀ ਬਾਤ ਹੈ ਬਹੁਤ ਸ਼ੁਕਰੀਆ ਮੇਰੇ ਮੋਹਤਰਮ ਸਾਹਿਬ ਕਰਬਲਾ ਦੇ ਵਾਕੇ ਤੋਂ ਪਹਿਲੇ